ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇੱਕ ਤਾਂ ਨਿੱਕੀ ਜਿਹੀ ਜਾਣਕਾਰੀ ਤੁਹਾਨੂੰ ਸ਼ੇਅਰ ਕਰਨੀ ਸੀ ਅਤੇ ਇੱਕ ਤੁਹਾਨੂੰ ਦਿਖਾਉਂਦੇ ਹਾਂ ਆ ਜਾਓ ਲੰਡਨ ਦਾ ਲੂਟਨ ਏਅਰਪੋਰਟ। ਅਤੇ ਜਿਹੜਾ ਲੰਡਨ ਦਾ ਮੇਨ ਹੀਥਰੋ ਏਅਰਪੋਰਟ ਆ ਉਹ ਦੁਨੀਆ ਦਾ ਮਤਲਬ ਪਹਿਲੇ ਦੂਜੇ ਨੰਬਰ ਵਾਲਾ ਬਿਜ਼ੀ ਏਅਰਪੋਰਟ ਆ, ਹੈ ਨਾ। ਅਤੇ ਬਹੁਤ ਜ਼ਿਆਦਾ ਫਲਾਈਟਾਂ ਉੱਥੇ ਆਉਂਦੀਆਂ ਅਤੇ ਰੋਜ਼ ਜਾਂਦੀਆਂ। ਅਤੇ ਜਿਹੜਾ ਲੂਟਨ ਦਾ ਏਅਰਪੋਰਟ ਹੈ ਇਹ ਵੀ ਕਾਫੀ ਬਿਜ਼ੀ ਆ। ਇੱਥੋਂ ਯੂਰਪ ਨੂੰ ਕਾਫੀ ਫਲਾਈਟਾਂ ਜਾਂਦੀਆਂ ਮੈਨੂੰ ਲੱਗਦਾ, ਕਿਉਂਕਿ ਲਾਸਟ ਟਾਈਮ ਵੀ ਮੈਂ ਯੂਰਪ ਨੂੰ ਇਸੇ ਏਅਰਪੋਰਟ ਤੋਂ ਟਰੈਵਲ ਕੀਤਾ ਸੀਗਾ। ਅਤੇ ਅੱਗੇ ਜਾ ਕੇ ਤੁਹਾਨੂੰ ਦਿਖਾਉਣਾ ਮੈਂ, ਦੇਖਿਓ ਕਿੱਦਾਂ ਸਾਰਾ ਮੈਨੂੰ ਲਾਈ ਥਿੰਕ ਜਿਸ ਹਿਸਾਬ ਨਾਲ ਇੱਥੇ ਰਸ਼ ਦਿਸਦਾ ਆ। ਹਾਂ ਤਾਂ ਮੈਂ ਸਾਈਡ 'ਤੇ ਖੜ੍ਹਾਂ ਕਿਤੇ ਇਕੱਲੀ ਜਿਹੀ ਜਗ੍ਹਾ 'ਤੇ, ਜਿਸ ਹਿਸਾਬ ਨਾਲ ਮੈਨੂੰ ਲੱਗਦਾ ਕਿ ਏਅਰਪੋਰਟ ਸਾਰਾ ਅੱਜ ਵੀ ਭਰਿਆ ਹੀ ਹੋਣਾ। ਅਤੇ ਇੱਕ ਚੀਜ਼ ਵਧੀਆ ਆ ਹੋ ਗਈ ਕਿ ਮਾਸਕ ਜ਼ਰੂਰੀ ਨਹੀਂ ਹੈਗਾ ਹੁਣ। ਅਤੇ ਇੱਥੇ ਹਾਲਾਂਕਿ ਦਿੱਲੀ ਏਅਰਪੋਰਟ 'ਤੇ ਤਾਂ ਉਹ ਲਾਪਾਂ ਦੇ ਰੌਲਾ ਪਾਉਣ, ਮਾਸਕ ਲਾਓ, ਦਿੱਲੀ ਏਅਰਪੋਰਟ 'ਤੇ ਤਾਂ ਛੱਡੋ, ਦਿੱਲੀ ਤਾਂ ਗੱਡੀਆਂ ਦੇ ਵਿੱਚ ਵੀ ਟੈਕਸੀਆਂ ਵਿੱਚ ਵੀ ਮਾਸਕ ਲਾਉਣਾ ਪੈਂਦਾ, ਹੈ ਨਾ। ਅਤੇ ਇੱਕ ਤਾਂ ਮੈਨੂੰ ਲੱਗਾ ਅੱਜ ਚੂਨਾ ਲੱਗਾ ਜੀ £36 ਦਾ। ਉਹ ਇੱਦਾਂ ਲੱਗਾ ਕਿ ਮੈਂ ਸੀਗਾ ਵੀ ਫ੍ਰੀ, ਮੈਂ ਗੌਰ ਨਹੀਂ ਕੀਤੀ। ਅਤੇ ਮੈਂ ਜਿਹੜਾ ਆਪਣਾ ਜਿਹੜੀ ਮੇਰੀ ਫਲਾਈਟ ਹੈ ਇੱਥੋਂ ਮੈਂ ਚੱਲਣਾ ਹੈਗਾ ਪੁਰਤਗਾਲ, ਅਤੇ ਇੱਥੋਂ ਲੂਟਨ ਤੋਂ ਇੰਗਲੈਂਡ ਲੂਟਨ ਏਅਰਪੋਰਟ ਤੋਂ ਲਿਸਬਨ ਜਾਣਾ ਮੈਂ, ਲਿਸਬਨ ਏਅਰਪੋਰਟ ਪੁਰਤਗਾਲ ਦੇ। ਅਤੇ ਮੈਂ ਸੋਚਿਆ ਔਨਲਾਈਨ ਹੀ ਆ, ਔਨਲਾਈਨ ਚੈਕਿੰਗ ਮੈਂ ਸੋਚਿਆ ਔਨਲਾਈਨ ਚੈੱਕ ਇਨ ਆ, ਕੋਈ ਗੱਲ ਨਹੀਂ ਰੋਕ ਕੇ ਕਰ ਲਵਾਂਗੇ, ਰੋਕ ਕੇ ਕਰ ਲਵਾਂਗੇ, ਜਾਂ ਫਿਰ ਚੱਲ ਔਫਲਾਈਨ ਵੀ ਏਅਰਪੋਰਟ ਜਾ ਕੇ ਕਰ ਲਵਾਂਗੇ, ਫਿਰ ਏਅਰਪੋਰਟ ਪਹਿਲਾਂ ਪਹੁੰਚ ਹੀ ਜਾਣਾ। ਬਟ ਹੁਣ ਉਹ ਕਹਿੰਦੇ ਕਿ ਜ਼ਰੂਰੀ ਹੋ ਗਿਆ ਕਿ ਤੁਹਾਨੂੰ ਔਨਲਾਈਨ ਹੀ ਚੈੱਕ ਇਨ ਕਰਨਾ ਪੈਣਾ ਜਿਹੜੀਆਂ ਇਹ ਵਾਲੀਆਂ ਫਲਾਈਟਾਂ ਆ, ਜਿੱਦਾਂ ਹੁਣ ਇੱਥੋਂ ਯੂਰਪ ਨੂੰ ਜਾਂਦੀਆਂ ਜਾਂ ਫਿਰ ਜਿਹੜੀਆਂ ਆਈ ਥਿੰਕ ਡੋਮੈਸਟਿਕ ਫਲਾਈਟਾਂ ਹੋ ਗਈਆਂ, ਹੈ ਨਾ, ਇਹਨਾਂ ਕੰਟਰੀਆਂ ਦੇ ਵਿੱਚ। ਅਤੇ ਕਹਿੰਦੇ ਜੇ ਹੁਣ ਤੁਸੀਂ ਔਫਲਾਈਨ ਚੈੱਕ ਇਨ ਕਰਾਉਣਾ ਤਾਂ £36 ਤੁਹਾਨੂੰ ਦੇਣੇ ਪੈਣੇ ਆ। ਫਿਰ ਕੀ ਆਪਾਂ ਭਾਈ £36 ਜੇਬ 'ਚੋਂ ਕੱਢ ਕੇ ਉਹਨਾਂ ਨੂੰ ਦਿੱਤੇ, ਉਹ ਕਹਿੰਦੇ ਅਤੇ ਤਾਂ ਅੱਗੇ ਆਉਣ ਦੀ ਪਰਮਿਸ਼ਨ ਮਿਲੀ ਆ। ਅਤੇ ਇਹ ਵੀ ਚੀਜ਼ ਜ਼ਰੂਰੀ ਆ ਬਈ, ਅੱਗੇ ਪਹਿਲਾਂ ਨਹੀਂ ਸੀਗਾ, ਲਾਸਟ ਟਾਈਮ ਵੀ ਮੈਂ ਇੱਥੋਂ ਟਰੈਵਲ ਕੀਤਾ ਉਦੋਂ ਇੱਥੇ ਔਫਲਾਈਨ ਹੀ ਆ ਕੇ ਚੈੱਕ ਇਨ ਕੀਤਾ ਸੀ। ਉਦੋਂ ਵੀ ਇੱਥੋਂ ਕਾਫੀ ਫਲਾਈਟ ਡਿਲੇ ਸੀ ਮੇਰੀ 1.5-2 ਘੰਟੇ, ਅੱਜ ਵੀ ਫਲਾਈਟ 2 ਘੰਟੇ ਡਿਲੇ ਆ। ਅਤੇ ਇਹ ਸੀਗਾ ਜੀ ਇੱਕ ਨਿੱਕੀ ਜਿਹੀ ਜਾਣਕਾਰੀ ਕਿ ਜੇ ਕਦੇ ਤੁਸੀਂ ਇੱਦਾਂ ਦੀਆਂ ਫਲਾਈਟਾਂ ਦੇ ਵਿੱਚ ਜਿਹੜੀ ਆ ਯੂਰਪ ਟੂ ਯੂਰਪ ਇੱਕ ਕੰਟਰੀ ਤੋਂ ਦੂਜੀ ਕੰਟਰੀ ਜਾਂਦੀ ਆ, ਤਾਂ ਉਹਨਾਂ ਦੇ ਵਿੱਚ ਜੇ ਚੈੱਕ ਇਨ ਜ਼ਰੂਰ ਕਰ ਲਓ ਔਨਲਾਈਨ, ਹੈ ਨਾ। ਜੇ ਤੁਸੀਂ ਔਫਲਾਈਨ ਚੈੱਕ ਇਨ ਦੇ ਵਿੱਚ ਜਾਊਂਗੇ ਤਾਂ ਤੁਹਾਨੂੰ ਹੋ ਸਕਦਾ ਤੁਹਾਨੂੰ ਜੇਬ ਥੋੜ੍ਹੀ ਹਲਕੀ ਕਰਨੀ ਪਵੇ। ਅਤੇ ਮੈਂ ਇਕੱਲਾ ਨਹੀਂ ਸੀਗਾ, ਉੱਥੇ ਹੋਰ ਬਹੁਤ ਕੰਟਰੀਆਂ ਦੇ ਲੋਕ ਸੀਗੇ ਜਿਹੜੇ ਲੋਕ ਪੇ ਕਰਦੇ ਪਏ ਸੀਗੇ। ਮਤਲਬ ਕੋਈ ਬੰਦਾ ਬਿਜ਼ੀ ਹੁੰਦਾ ਜਿੱਦਾਂ ਬੰਦੇ ਦਿਮਾਗ 'ਚੋਂ ਨਿਕਲ ਜਾਂਦਾ, ਜਾਂ ਮੇਰੇ ਖਿਆਲ ਨਾਲ ਪਹਿਲਾਂ ਇੱਦਾਂ ਹੈ ਹੀ ਨਹੀਂ ਸੀਗਾ ਇਹ ਰੂਲ, ਹੁਣੇ ਹੀ ਇਹ ਰੂਲ ਆ ਕਿ ਤੁਸੀਂ ਔਫਲਾਈਨ ਚੈੱਕ ਇਨ ਕਰੂੰਗੇ ਤਾਂ ਤੁਹਾਨੂੰ ਪੈਸੇ ਦੇਣੇ ਪੈਣੇ ਆ, ਜੇ ਔਨਲਾਈਨ ਚੈੱਕ ਇਨ ਕਰ ਲੈਂਦੇ ਤਾਂ ਫ੍ਰੀ ਹੋਣਾ ਸੀਗਾ। ਅਤੇ ਆਓ ਤੁਹਾਨੂੰ ਜਦ ਤੱਕ ਦਿਖਾਉਂਦੇ ਹਾਂ ਲੂਟਨ ਦਾ ਏਅਰਪੋਰਟ। ਅਤੇ ਉਹ ਵੀ ਭਰਾ ਦੇਖਿਓ ਜਿਹੜੇ ਕਈ ਵਾਰੀ ਕਹਿ ਦਿੰਦੇ ਆ ਕਿ ਦਿੱਲੀ ਦਾ ਏਅਰ ਯਾਰ ਹੋਰ ਕਿਸੇ ਕੰਟਰੀਆਂ ਦਾ, ਜਿੱਦਾਂ ਹੁਣ ਲਾਸਟ ਟਾਈਮ ਮੈਂ ਆਉਂਦਾ ਸੀਗਾ ਜਦੋਂ ਇੰਡੀਆ ਤੋਂ ਆਇਆ, ਸਾਊਦੀ ਅਰਬ ਏਅਰਲਾਈਨ ਦੇ ਵਿੱਚ ਆਇਆ ਸੀ ਮੈਂ। ਅਤੇ ਉਹ ਉੱਥੇ ਮੁੰਡਾ ਸਾਊਦੀ ਆ ਕੇ ਕਹਿੰਦਾ ਯਾਰ ਸਾਊਦੀ ਦਾ ਏਅਰਪੋਰਟ ਦਾ ਬਹੁਤ ਬੇਕਾਰ, ਜਾਂ ਕਹਿੰਦਾ ਸਾਡਾ ਦਿੱਲੀ ਦਾ ਏਅਰਪੋਰਟ ਬਹੁਤ ਸੋਹਣਾ। ਅਤੇ ਆ ਜਾਓ ਤੁਹਾਨੂੰ ਇਹ ਵੀ ਦਿਖਾਉਂਦੇ ਆ ਲੂਟਨ ਦਾ ਏਅਰਪੋਰਟ ਦੇਖੋ, ਅਤੇ ਨਾਲੇ ਦੇਖਿਓ ਕਿੰਨਾ ਬਿਜ਼ੀ ਏਅਰਪੋਰਟ ਆ ਅਤੇ ਕਿੰਨੀ ਇੱਥੇ ਲੋਕ ਆ ਜਿਹੜੇ ਯੂਰਪ ਨੂੰ ਜਾਂ ਹੋਰਾਂ ਕੰਟਰੀਆਂ ਨੂੰ ਇੱਥੋਂ ਟਰੈਵਲ ਕਰਦੇ ਆ। ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਜਿੱਦਾਂ ਕੈਨੇਡਾ ਅਮਰੀਕਾ ਵਾਲੀਆਂ ਫਲਾਈਟਾਂ ਸ਼ਾਇਦ ਇੱਥੋਂ, ਮੈਨੂੰ ਪਤਾ ਨਹੀਂ ਵੀ ਕਨਫਰਮ ਨਹੀਂ ਆ ਵੀ ਚੱਲਦੀਆਂ ਕਿ ਨਹੀਂ ਚੱਲਦੀਆਂ ਜਾਂ ਕੀ ਹਿਸਾਬ ਆ। ਮੇਨ ਇੱਥੇ ਹੈਗਾ ਇੱਕ ਗੈਟਵਿਕ ਏਅਰਪੋਰਟ, ਗੈਟਵਿਕ ਏਅਰਪੋਰਟ, ਅਤੇ ਇੱਕ ਜਿਹੜਾ ਹੈਗਾ LHR ਜਿਹੜਾ ਲੰਡਨ ਦਾ ਮੇਨ ਹੀਥਰੋ ਏਅਰਪੋਰਟ ਆ, ਉਹ ਏਅਰਪੋਰਟ ਹੀ ਸਭ ਤੋਂ ਜ਼ਿਆਦਾ ਬਿਜ਼ੀ ਆ। ਅਤੇ ਆ ਜਾਓ ਹਾਲੇ ਫਲਾਈਟ ਨੂੰ ਪਿਆ ਟਾਈਮ, ਕਿਉਂਕਿ ਫਲਾਈਟ ਹੋ ਗਈ ਆ 2 ਘੰਟੇ ਲੇਟ। ਅਤੇ ਫਲਾਈਟ ਸੀਗੀ ਕੋਈ 6:30-6:30 ਵਜੇ, ਅਤੇ ਹੁਣ ਹੈਗੀ ਆ 8:30 ਵਜੇ, ਅਤੇ 2 ਘੰਟੇ ਆਪਾਂ ਵਿਹਲੇ ਹਾਂ। ਅਤੇ 2 ਘੰਟੇ ਆਓ ਤੁਹਾਨੂੰ ਦਿਖਾਉਂਦੇ ਹਾਂ ਇੱਕ ਝਲਕ ਏਅਰਪੋਰਟ ਦੀ। ਆ ਲਓ ਜੀ, ਆਹ ਦੇਖੋ ਤੁਸੀਂ ਏਅਰਪੋਰਟ, ਅਤੇ ਏਅਰਪੋਰਟ ਦਾ ਸ਼ਾਨਦਾਰ ਦ੍ਰਿਸ਼। ਅਤੇ ਆ ਐਨਕ ਵਾਲਾ ਸਿਸਟਮ, ਅਤੇ ਆਪਾਂ ਤਾਂ ਜਿਹੜੀ ਇੰਡੀਆ ਤੋਂ 250-300 ਵਾਲੀ ਐਨਕ ਲਾਈ, ਉਹ ਉਹੀ ਚੱਲੂਗੀ ਹੁਣ ਇਸ ਟੂਰ 'ਤੇ, ਕਿਉਂਕਿ ਇੱਕ ਮੇਰੀ ਐਨਕ ਸੀਗੀ ਉਹ ਟੁੱਟ ਗਈ ਸੀ ਦਿੱਲੀ ਆਉਂਦੇ ਦੀ, ਉਹ ਓਰੀਜਨਲ ਸੀ ਮੇਰੇ ਕੋਲ, ਆ ਤਾਂ ਦੇਸੀ ਜੀ ਆਪਾਂ ਲਾਈਓ ਆ, ਅਤੇ ਐਨਕ ਤਾਂ ਆਪਾਂ ਕੋਈ ਲੈਣੀ ਨਹੀਂ ਹੈਗੀ।
ਡਿਊਟੀ ਫਰੀ 'ਚ ਆਪਾਂ ਕੋਈ ਵੀ ਚੀਜ਼ ਲੈਂਦੇ ਨਾ ਪ੍ਰੋਪਰ ਓਰਿਜਨਲ ਹੁੰਦਾ। ਅਤੇ ਆਹ ਦੇਖੋ ਜੀ ਏਅਰਪੋਰਟ ਦੇ ਅੰਦਰ ਕਿੱਦਾਂ ਲੰਮੇ ਪਏ ਆ, ਆਪਣੇ ਜ਼ਿਆਦਾਤਰ ਬਾਹਰ ਜਿਹੜੇ ਵੇਟ ਕਰਦੇ ਹੁੰਦੇ ਉਹ ਇੱਦਾਂ ਦਿੱਲੀ ਏਅਰਪੋਰਟ ਦੇ ਬਾਹਰ ਬੈਠੇ ਸੁੱਤੇ ਮਿਲ ਜਾਂਦੇ ਆ, ਆਪਣੇ ਵੀ ਇੱਦਾਂ ਜਿਹੜੇ ਟੂਰਿਸਟ ਹੁੰਦੇ ਦਿੱਲੀ ਏਅਰਪੋਰਟ ਦੇ ਬਾਹਰ ਆਪਾਂ ਨੂੰ ਵੀ ਉੱਥੇ ਵੀ ਮਿਲ ਜਾਂਦੇ ਆ। ਬੁਰੇ ਸਿਕਿਉਰਿਟੀ ਗਾਰਡ ਆ ਗਿਆ ਸੀ, ਪੁਲਿਸ ਵਾਲਾ ਆ ਗਿਆ ਸੀ, ਮੈਂ ਕਿਹਾ ਕਿਤੇ ਕਵੇ ਹੀ ਨਾ ਕੈਮਰਾ ਬੰਦ ਕਰ ਲਿਆ, ਇਸ ਕਰਕੇ ਕੈਮਰਾ ਥੱਲੇ ਨੂੰ ਕਰ ਲਿਆ ਸੀ ਮੈਂ। ਤਾਂ ਆਹ ਦੇਖਿਓ ਹੁਣ ਪ੍ਰੋਪਰ ਦੇਖਿਓ ਇੱਥੇ ਹੁਣ ਜਿਹੜਾ ਰਸ਼ ਆ ਉਹ ਦੇਖਿਓ ਕਿੰਨਾ ਕਰਾਊਡ ਆ, ਹੈ ਨਾ। ਇੱਕ ਤਾਂ ਕੋਵਿਡ ਤੋਂ ਬਾਅਦ ਹੁਣ ਏਅਰਪੋਰਟਾਂ ਦੇ ਉੱਪਰ ਸਟਾਫ ਦੀ ਬਹੁਤ ਕਮੀ ਆ, ਫਲਾਈਟਾਂ ਬਹੁਤ ਲੇਟ ਹੁੰਦੀਆਂ। ਹੁਣ ਜਿੱਦਾਂ ਮੇਰੀ ਇਹ ਫਲਾਈਟ 3 ਘੰਟੇ ਡਿਲੇ ਹੋ ਗਈ, 5 ਵਜੇ ਚੱਲਣੀ ਸੀ ਤਾਂ ਹੁਣ ਇਹ 8 ਵਜੇ ਜਾਣੀ ਆ। ਅਤੇ ਇੱਧਰ ਏਅਰਪੋਰਟ ਦੇ ਵਿੱਚੋਂ ਤੁਸੀਂ ਸਾਰਾ ਹੀ ਸਮਾਨ ਲੈ ਸਕਦੇ ਆ, ਏ ਟੂ ਜੈਡ ਇੱਥੋਂ ਅੰਦਰੋਂ ਸਾਰਾ ਕੁਛ ਮਿਲਦਾ। ਤਾਂ ਦੇਖੋ ਸਾਰੀ ਦੁਨੀਆ ਵੇਟਿੰਗ ਕਰਦੀ, ਮੈਨੂੰ ਲੱਗਦਾ ਕਿ ਅੱਜ ਸਾਰਿਆਂ ਦੀਆਂ ਫਲਾਈਟਾਂ ਲੇਟ ਆ। ਜ਼ਿਆਦਾਤਰ ਇੱਥੋਂ ਜਿੱਦਾਂ ਸਕਰੀਨ 'ਤੇ ਵੀ ਮੈਂ ਦੇਖਿਆ, ਜ਼ਿਆਦਾਤਰ ਯੂਰਪ ਦੀਆਂ ਫਲਾਈਟਾਂ ਹੀ ਜਾ ਰਹੀਆਂ, ਯੂਰਪ ਨੂੰ ਹੀ ਫਲਾਈਟਾਂ ਜਾ ਰਹੀਆਂ ਇੱਥੋਂ ਜ਼ਿਆਦਾਤਰ। ਇੱਕ ਹੋਰ ਵੀ ਆ ਜਿਹੜਾ ਮੇਨ, ਆਪਾਂ ਹੀਥਰੋ ਏਅਰਪੋਰਟ ਤੋਂ ਲੈਂਦੇ ਹਾਂ ਟਿਕਟ, ਤਾਂ ਹੀਥਰੋ ਏਅਰਪੋਰਟ ਤੋਂ ਮਹਿੰਗੀ ਮਿਲਦੀ ਹੈ ਅਤੇ ਇਹ ਲੂਟਨ ਏਅਰਪੋਰਟ ਤੋਂ ਯੂਰਪ ਦੀ ਟਿਕਟ ਥੋੜ੍ਹੀ ਸਸਤੀ ਹੈ। ਦੇਖੋ ਕੋਈ ਬੈਠਾ, ਕੋਈ ਲੰਮਾ ਪਿਆ, ਕੋਈ ਰੈਸਟੋਰੈਂਟ 'ਚ ਬੈਠਾ ਖਾ ਰਿਹਾ, ਇਹ ਸਾਰੇ ਵੇਟਿੰਗ ਵਾਲੀ ਆ। ਮੇਰੇ ਵਾਂਗੂ ਮੈਨੂੰ ਲੱਗਦਾ ਸਾਰਿਆਂ ਦੀਆਂ ਫਲਾਈਟਾਂ ਹੀ ਅੱਜ ਲੇਟ ਹੋਈਆਂ ਆ। ਅਤੇ ਮੂਹਰੇ ਵੀ ਮੈਨੂੰ ਹੁਣ ਜਿੱਥੇ ਮੈਂ ਜਾਣਾ ਸੀ ਉਹ ਮੈਨੂੰ ਪਤਾ ਨਹੀਂ ਹੁਣ ਉੱਥੇ ਕਿੰਨਾ ਲੇਟ ਪਹੁੰਚੂਗਾ ਮੈਂ। ਅਤੇ ਜੇ ਇੱਥੇ ਹੀ 8 ਵਜੇ ਤਾਂ ਮੈਨੂੰ ਲੱਗਦਾ 11-12 ਵਜੇ ਫਲਾਈਟ ਪਹੁੰਚੂਗੀ। 3 ਘੰਟੇ 3 ਸਾਢੇ 3 ਘੰਟੇ ਦੀ ਫਲਾਈਟ ਆ ਇਹ। ਅਤੇ ਹੁਣ ਫਾਈਨਲੀ ਟਾਈਮ ਹੋ ਗਿਆ ਪਲੇਨ ਵੱਲ ਜਾਣ ਦਾ, ਬੜਾ ਔਖਾ ਵੇਟ ਕਰਨੀ। ਜ਼ਿਆਦਾ ਪਹਿਲਾਂ ਹੀ ਪਤਾ ਹੋਵੇ ਨਾ ਕਿ ਫਲਾਈਟ ਲੇਟ ਆ, ਬੰਦਾ ਉਸ ਹਿਸਾਬ ਨਾਲ ਆ ਜਾਂਦਾ। ਅਤੇ ਔਨਲਾਈਨ ਪਹਿਲਾਂ ਦੱਸਦੇ ਨਹੀਂ ਹੈਗੇ, ਪਹਿਲਾਂ ਕੋਈ ਮੇਲ ਨਹੀਂ ਪਾਉਂਦੇ ਹੈਗੇ ਕਿ ਫਲਾਈਟ ਲੇਟ ਆ। ਇਹ ਆਹ ਚੀਜ਼ ਦੇਖੋ, ਇੱਥੇ ਜਿੱਦਾਂ ਕੋਈ ਕੈਮਰੇ ਵਾਲੇ ਨੂੰ ਇੱਦਾਂ ਰੋਕਦੇ ਨਹੀਂ ਹੈਗੇ। ਆਪਣੇ ਦਿੱਲੀ ਏਅਰਪੋਰਟ 'ਤੇ ਇੱਦਾਂ ਪਲੇਨ ਦੇ ਕੋਲ ਜਾਓ ਤਾਂ ਜੀ ਉਹ ਕੈਮਰਾ ਬੰਦ ਕਰੋ, ਕੈਮਰਾ ਬੰਦ ਕਰੋ। ਬਾਹਰਲੀਆਂ ਕੰਟਰੀਆਂ 'ਚ ਕੋਈ ਨਹੀਂ ਰੋਕਦਾ ਵੀ ਜੇ ਕੋਈ ਕੈਮਰੇ ਨਾਲ ਇੱਦਾਂ ਵੀਡੀਓ ਬਣਾਉਂਦਾ, ਕੋਈ ਰੋਕਦਾ ਨਹੀਂ ਹੈਗਾ। ਯਾਰ ਆਪਾਂ ਇੱਥੇ ਕਿਉਂ ਖੜ੍ਹੇ ਹਾਂ? ਆਪਾਂ ਮੈਨੂੰ ਲੱਗਦਾ ਮੈਨੂੰ ਆਪਾਂ ਬੈਕ ਸਾਈਡ ਤੋਂ ਜਾਣਾ ਚਾਹੀਦਾ। ਅਤੇ ਇਹ ਇੱਥੋਂ ਟਿਕਟ ਹੈਗੀ ਆ ਜੀ ਕੋਈ 50 ਯੂਰੋ ਦੀ, ਯੂਰਪ ਦੀ। ਅਤੇ ਆਪਾਂ ਬੈਕ ਸਾਈਡ ਤੋਂ ਹੀ ਚੱਲਦੇ ਹਾਂ ਕਿਉਂਕਿ ਬੈਕ ਸਾਈਡ ਇੱਧਰੋਂ ਸਾਰਾ ਵਿਹਲਾ ਅਤੇ ਉੱਧਰ ਲਾਈਨ ਲੱਗੀ ਹੋਈ ਆ। ਇਹ ਜਿਹੜੀਆਂ ਲੋਕਲ ਏਅਰਲਾਈਨਾਂ ਚੱਲਦੀਆਂ ਨਾ ਇੱਥੇ ਵਾਲੀਆਂ, ਇਹ ਵੀ ਏਅਰਲਾਈਨ ਕਾਫੀ ਵਧੀਆ ਆ। ਹੁਣ ਜਿੱਦਾਂ ਬੇਜੇਅਰ 'ਚ ਚੱਲਾਂ, ਮੈਂ ਲਾਸਟ ਟਾਈਮ ਮੈਨੂੰ ਹੁਣ ਯਾਦ ਨਹੀਂ ਮੈਂ ਕਿਹੜੀ ਏਅਰਲਾਈਨ 'ਚ ਗਿਆ ਸੀ, ਪਰ ਉਹ ਵੀ ਏਅਰਲਾਈਨ ਵਧੀਆ ਸੀ। ਪਰ ਉਦੋਂ ਟਾਈਮ 'ਤੇ ਫਲਾਈਟਾਂ ਚੱਲਦੀਆਂ ਸੀ, ਜਦ ਤੱਕ ਕੋਵਿਡ ਆਇਆ, ਕੋਵਿਡ ਤੋਂ ਬਾਅਦ ਸਾਰੀਆਂ ਫਲਾਈਟਾਂ ਡਿਲੇ ਆ। ਏਅਰਪੋਰਟਾਂ 'ਤੇ ਬੁਰਾ ਹਾਲ ਹੈ, ਮੰਦਾ ਹਾਲ ਹੀ ਏਅਰਪੋਰਟ 'ਤੇ। ਉਹ ਆਪਾਂ ਇੱਧਰ ਨੂੰ ਆਏ ਹਾਂ ਤਾਂ ਸਾਰੇ ਇੱਧਰ ਨੂੰ ਹੀ ਆ ਗਏ, ਪਿੱਛੇ ਦੇਖੋ ਗੱਡੀ ਲੈਣ ਲੱਗ ਗਈ। ਅਤੇ ਫਾਈਨਲੀ ਹੁਣ ਆਪਾਂ ਹੈਗੇ ਹਾਂ ਜੀ ਪਲੇਨ ਦੇ ਅੰਦਰ, ਅਤੇ ਆਪਾਂ ਆਪਣਾ ਸੀਟ ਨੰਬਰ ਦੇਖ ਕੇ ਆਪਣੀ ਸੀਟ ਲੱਭਦੇ ਹਾਂ ਅਤੇ ਸੀਟ 'ਤੇ ਬਹਿੰਦੇ ਹਾਂ। ਅਤੇ ਜੇ ਵਿੰਡੋ ਸੀਟ ਮਿਲ ਗਈ ਤਾਂ ਤੁਹਾਨੂੰ ਬਾਹਰ ਦਾ ਵਿਊ ਦਿਖਾਵਾਂਗੇ। ਲਓ ਜੀ ਹੁਣ ਫਾਈਨਲੀ ਪਾਇਲਟ ਨੇ ਰੇਸ ਵਾਲੀ ਕੀਲੀ 'ਤੇ ਰੱਖ ਦਿੱਤਾ ਪੈਰ, ਅਤੇ ਜਹਾਜ਼ ਉੱਡਣ ਲਈ ਹੁਣ ਤਿਆਰ ਆ। ਇੱਕ ਆਹ ਦੇਖੋ ਪਲੇਨ ਦੇ ਆ ਸਾਰਾ ਸਾਰਾ ਇਹ ਨਾ ਪਰਾਂ ਦੇ ਵਿੱਚ ਹੀ ਕਮਾਲ ਆ। ਦੇਖੋ ਜਿਹੜੇ ਪਰ ਆ ਹੁਣ ਥੱਲੇ ਨੂੰ ਹੋ ਗਏ, ਹੈ ਨਾ, ਅਤੇ ਜਦੋਂ ਉੱਡਣ ਲੱਗੇ ਜਦੋਂ ਇਹ ਉੱਪਰ ਜਾ ਕੇ ਫਿਰ ਇਹਨਾਂ ਨੇ ਬੰਦ ਕਰ ਲੈਣੇ ਆ। ਸਾਰਾ ਇਹ ਨਾ ਪਰਾਂ ਦੇ ਵਿੱਚ ਇਹ ਕਮਾਲ ਆ, ਜਿਹੜਾ ਹਾਈਡ੍ਰੋਲਿਕ ਸਿਸਟਮ ਹੈ ਪਰਾਂ ਦੇ ਵਿੱਚ ਇਹੀ ਕਮਾਲ ਆ ਜਿਹੜਾ ਪਲੇਨ ਨੂੰ ਕੰਟਰੋਲ ਕਰਦਾ ਆ।
ਤੇ ਇਹ ਦੇਖੋ ਲੰਡਨ ਦਾ ਲੂਟਨ ਏਅਰਪੋਰਟ ਬਾਹਰੋਂ ਦੇਖੋ ਕਿੰਨਾ ਸੋਹਣਾ ਵਿਊ ਆ ਤੇ ਹੁਣ ਸ਼ਾਮ ਪੈ ਗਈ ਆ ਤੇ ਸੂਰਜ ਢਲ ਰਿਹਾ 8 ਵਜੇ ਹਲੇ ਦੇਖੋ ਸੂਰਜ ਢਲਦਾ ਪਿਆ ਤੇ ਪਰ ਇੱਥੇ ਰਾਤ ਨੂੰ 9-10 ਵਜੇ ਤੱਕ ਆਮ ਹੀ ਆ 10, 10:30, 11 ਵਜੇ ਤੱਕ ਵੀ ਕਈ ਵਾਰੀ 11 ਵਜੇ ਤੱਕ ਵੀ ਸੂਰਜ ਹੁੰਦਾ ਹੈ ਰੋਸ਼ਨੀ ਹੁੰਦੀ ਪੂਰੀ ਸੂਰਜ ਦੀ ਇਹਨਾਂ ਕੰਟਰੀਆਂ 'ਚ ਦਿਨ ਬਹੁਤ ਜ਼ਿਆਦਾ ਵੱਡੇ ਆ ਸੂਰਜ ਨੇੜੇ ਹੋਣ ਕਰਕੇ ਅਤੇ ਇੱਥੇ ਜਿਹੜੀ ਧੁੱਪ ਆ ਧੁੱਪ ਸਹਿ ਨਹੀਂ ਹੁੰਦੀ ਇੱਥੇ ਜੇ 30-32 ਟੈਂਪਰੇਚਰ ਹੀ ਹੋ ਜਾਵੇ ਤਾਂ ਲੋਕ ਮਤਲਬ ਮਰਨ ਨੂੰ ਆਏ ਹੁੰਦੇ ਆ ਲਓ ਜੀ ਹੁਣ ਪਲੇਨ ਰਨਵੇ 'ਤੇ ਭੱਜ ਰਿਹਾ ਅਤੇ ਹੁਣ ਟੇਕ ਆਫ ਲਈ ਬਸ ਕੁਛ ਹੀ ਟਾਈਮ ਆ ਪਾਇਲਟ ਨੇ ਹੁਣ ਪੂਰੀ ਰੇਸ ਦੇ ਦਿੱਤੀ ਆ ਜੀ ਜਹਾਜ਼ ਉੱਡਣ ਲਈ ਤਿਆਰ ਹੈ ਅਤੇ ਲਓ ਜੀ ਫਾਈਨਲੀ ਜਹਾਜ਼ ਹੁਣ ਉੱਡ ਗਿਆ ਅਤੇ ਤੁਸੀਂ ਥੋੜ੍ਹਾ ਜਿਹਾ ਵਿਊ ਤੁਹਾਨੂੰ ਦਿਖਾਉਣਾ ਲੰਡਨ ਦਾ ਉੱਪਰੋਂ ਦੇਖਿਓ ਕਿੰਨਾ ਘੈਂਟ ਵਿਊ ਆ ਇੱਥੇ ਦੇਖੋ ਚਾਰੇ ਪਾਸੇ ਜਿੱਥੇ ਤੁਹਾਨੂੰ ਖੇਤ ਦੇ ਵਿੱਚ ਜਾਂ ਫਸਲਾਂ ਮਿਲੂਗੀਆਂ ਜਾਂ ਫਿਰ ਜਿੱਥੇ ਨਹੀਂ ਵੀ ਹੈਗੀਆਂ ਕੋਈ ਇੱਦਾਂ ਦੀ ਜਗ੍ਹਾ ਉੱਥੇ ਤੁਹਾਨੂੰ ਦਰਖਤ ਮਿਲੂਗੇ ਕੋਈ ਇੱਦਾਂ ਜਗ੍ਹਾ ਸੁਣਨੀ ਨਹੀਂ ਹੈਗੀ ਵੀ ਕੋਈ 10-20 ਮਰਲੇ ਦਾ ਪਲਾਟ ਵੀ ਵਿੱਚ ਸੁਣਨਾ ਹੋਵੇ ਉੱਥੇ ਕੁਛ ਹੋਇਆ ਘਾਹ ਨਾ ਹੋਵੇ ਜਾਂ ਦਰਖਤ ਨਾ ਹੋਣ ਦੇਖੋ ਇੱਥੇ ਨਾ ਇੱਕ ਖਾਸੀਅਤ ਹੈ ਦੇਖੋ ਇੱਥੇ ਇਸ ਧਰਤੀ ਦੇ ਉੱਪਰ ਖੇਤੀ ਕਰਨ ਲਈ ਵੀ ਲੋਕਾਂ ਨੂੰ ਪਾਣੀ ਨਹੀਂ ਲਾਉਣਾ ਪੈਂਦਾ ਸਿਰਫ ਮੀਂਹ ਦੇ ਪਾਣੀ 'ਤੇ ਹੀ ਸਾਰਾ ਕੁਛ ਨਿਰਭਰ ਆ ਆਪਣੇ ਆਪਾਂ ਬੋਰ ਕਰੀ ਜਾਂਦੇ ਹਾਂ ਕਿੰਨੇ ਡੂੰਘੇ ਡੂੰਘੇ ਬੋਰ ਲੈ ਗਏ ਵਿਊ ਦੇਖੋ ਕਿੰਨਾ ਘੈਂਟ ਲੱਗਦਾ ਅਸਮਾਨ ਕਿੰਨਾ ਸਾਫ਼ ਆ ਇੱਥੇ ਉਹ ਦੇਖੋ ਜੀ ਇੰਗਲੈਂਡ ਦੇ ਥੱਲੇ ਨਿੱਕੇ ਨਿੱਕੇ ਘਰ ਦੇ ਸਨ ਲੱਗ ਪਿਆ ਅਤੇ ਹੁਣ ਆਪਾਂ ਪ੍ਰੋਪਰ ਉਹ ਦੇਖੋ ਜੀ ਥੱਲੇ ਨਿੱਕੇ ਨਿੱਕੇ ਘਰ ਦਿਸਦੇ ਆ ਅਤੇ ਹੁਣ ਆਪਾਂ ਕਾਫ਼ੀ ਮੈਨੂੰ ਲੱਗਦਾ ਉਚਾਈ ਵੱਲ ਜਾ ਰਹੇ ਹਾਂ ਦੇਖੋ ਹੁਣ ਜਹਾਜ਼ ਹੁਣ ਨਾ ਮੋੜ ਕੱਟ ਰਿਹਾ ਅਤੇ ਜਦੋਂ ਮੋੜ ਕੱਟਦਾ ਨਾ ਜਹਾਜ਼ ਉਦੋਂ ਬਹੁਤ ਖਰਾ ਲੱਗਦਾ ਦੇਖੋ ਇੱਧਰ ਨੂੰ ਟੇਢਾ ਹੁਣ ਜਹਾਜ਼ ਨੇ ਮੋੜ ਕੱਟ ਰਿਹਾ ਪ੍ਰੋਪਰ ਦੇਖੋ ਇੱਦਾਂ ਲੱਗਦਾ ਵੀ ਇੱਕ ਜਗ੍ਹਾ 'ਤੇ ਖੜ੍ਹੇ ਪਰ ਬਹੁਤ ਜ਼ਿਆਦਾ ਸਪੀਡ ਨਾਲ ਚੱਲ ਰਿਹਾ ਇੱਦਾਂ ਲੱਗਦਾ ਕਿ ਇੱਕ ਜਗ੍ਹਾ 'ਤੇ ਖੜ੍ਹਾ ਹੀ ਮੋੜ ਕੱਟਦਾ ਪਿਆ ਪਰ ਬਹੁਤ ਸਪੀਡ ਨਾਲ ਚੱਲ ਰਿਹਾ ਇੰਗਲੈਂਡ ਦਾ ਨਾ ਉੱਪਰੋਂ ਵਿਊ ਸੱਚੀ ਘੈਂਟ ਲੱਗਦਾ ਅਤੇ ਇਹ ਸੀਗਾ ਜੀ ਲੂਟਨ ਤੋਂ ਪੁਰਤਗਾਲ ਦੀ ਫਲਾਈਟ 'ਤੇ ਜੋ ਏਅਰਪੋਰਟ 'ਤੇ ਪ੍ਰੋਬਲਮਾਂ ਆਉਣੀਆਂ ਉਹ ਤੁਹਾਨੂੰ ਥੋੜ੍ਹਾ ਜਿਹਾ ਦੱਸਿਆ ਕਿਉਂਕਿ ਉੱਥੇ 36 ਪਾਉਂਡ ਦਾ ਮੈਨੂੰ ਚੂਨਾ ਲੱਗਾ ਅਤੇ ਉਹ ਕਿਸੇ ਨੂੰ ਚੂਨਾ ਨਾ ਲੱਗੇ ਉਹ ਬਾਈ ਉਹ ਵੀ ਖਿਆਲ ਰੱਖਿਓ ਅਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਅਤੇ ਤੁਹਾਨੂੰ ਅੱਗੇ ਜਾ ਕੇ ਦਿਖਾਉਂਦੇ ਹਾਂ ਪੁਰਤਗਾਲ ਪੁਰਤਗਾਲ ਮੈਂ ਪਹਿਲਾਂ 3 ਦਿਨ ਰਹਿਣ ਦਾ ਪਲਾਨ ਸੀਗਾ ਮੇਰਾ ਪਰ ਹੁਣ ਮੈਂ ਸਿਰਫ ਪੁਰਤਗਾਲ 1 ਦਿਨ ਹੀ ਰਹਿਣਾ 1 ਰਾਤ ਹੀ ਰਹਿਣਾ ਮਤਲਬ ਕੱਲ੍ਹ ਨੂੰ ਮੇਰੀ ਫਿਰ ਫਲਾਈਟ ਹੈ ਇੱਥੋਂ ਹੋਲੈਂਡ ਦੀ ਆਹ ਵਿਊ ਦੇਖੋ ਤੁਸੀਂ ਦੇਖੋ ਕਿੰਨਾ ਘੈਂਟ ਲੱਗਦਾ ਵਿਊ ਅਤੇ ਤਦ ਤੱਕ ਲਈ ਜੁੜੇ ਰਹੋ ਚੈਨਲ ਦੇ ਨਾਲ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ